ਅੱਛਾ ਮਾਸ਼ਾਅੱਲਾ ਜੀ ਉਸਤਾਦ ਜੀ ਅਸੀਂ ਨਾ ਆਪਣਾ ਅੱਜ ਸਵੇਰ ਸਵੇਰ ਕੰਮ ਤੇ ਆਏ ਆ ਤੇ ਸਾਡੀ ਜਿਹੜੀ ਬਿਲਡਿੰਗ ਤੇ ਸਾਰੇ ਤੇਗੇ ਲੱਗ ਗਏ ਆ ਤੇਗੇ ਭਰਾਈ ਕਰਦੇ ਪਏ ਆ ਤੇ ਮੈਂ ਪਿੱਛੇ ਆ ਇਹਨਾਂ ਨੇ ਤਹਿਖਾਨਾ ਬਣਾਇਆ ਛੋਟਾ ਜਿਹਾ ਉਹਦੇ ਨਾਲ ਵਾਸ਼ਰੂਮ ਦੇ ਨਾਲ ਟਾਈਲ ਆ ਰਿਹਾ ਤਹਿਖਾਨੇ ਦੀ ਤੇ ਹੁਣ ਮਸਾਲਾ ਵਿਛਾਉਣ ਲੱਗੇ ਉਹ ਵੀ ਆਪਣੇ ਭਾਈਆਂ ਨਾਲ ਜ਼ਰੂਰ ਸ਼ੇਅਰ ਕਰਦੇ ਆ ਜੀ ਬਾਕੀ ਜਿਹੜਾ ਕੰਮ ਕਰਦੇ ਰਹਿੰਦੇ ਆ ਉਹ ਤਾਂ ਮੈਂ ਆਪਣੇ ਭਾਈਆਂ ਨਾਲ ਜ਼ਰੂਰ ਆਪਣਾ ਕੰਮ ਦੱਸਦਾ ਰਹਿੰਦਾ ਵਾ ਜੀ ਚਾਚੇ ਨੇ ਕੋਲ ਮਸਾਲਾ ਲੈ ਕੇ ਜਿਹੜਾ ਨਾ ਪਾਪਾ ਬਹੁਤ ਸਾਰਾ ਬਿਮਾਰ ਹੋਇਆ ਵਾ ਮੇਰੀ ਦੁਆ ਵਾ ਅੱਲਾਹ ਤਾਲਾ ਮੇਰੇ ਸਾਰੇ ਭੈਣ ਭਾਈਆਂ ਨੂੰ ਖੁਸ਼ ਰੱਖੇ ਸ਼ਾਦੋ ਬਾਦ ਰੱਖੇ ਇਸ ਦੁਆ ਨਾਲ ਕਰਾਂਗੇ ਆਪਣੇ ਅੱਜ ਦੀ ਵੀਡੀਓ ਸ਼ੁਰੂ ਕਰਨ ਪਹਿਲਾਂ ਸਾਡੀ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿਸ ਭੈਣ ਭਰਾ ਨੇ ਮੇਰਾ ਚੈਨਲ ਅਦੀਬ ਆਸਫ ਵਲੋਗ ਮੇਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੰਦ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲਏ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਏ ਮੇਰੀ ਹਰ ਰੋਜ਼ ਨਹੀਂ ਆਉਣ ਵਾਲੀ ਵੀਡੀਓ ਆਪ ਤੱਕ ਹਰ ਵਕਤ ਪਹੁੰਚਦੀ ਰਹੇਗੀ ਬਾਕੀ ਮਾਸ਼ਾਅੱਲਾ ਜੀ ਸੁਬਹ ਹੋ ਗਈ ਅੱਜ ਹਫ਼ਤੇ ਦਾ ਦੇਣਾ ਜੀ ਅਤੇ 8 ਵਜਣੇ ਵਾਲੇ ਆ 5-7 ਮਿੰਟ ਰਹਿੰਦੇ ਆ ਅਤੇ ਚੱਲਦੇ ਹਾਂ ਆਪਣੇ ਕੰਮ 'ਤੇ ਅਤੇ ਜਿਹੜਾ ਕੰਮ ਹੋਇਆ ਉੱਥੇ ਜਾ ਕੇ ਉਹ ਵੀ ਆਪਣੇ ਭੈਣ ਭਾਈਆਂ ਨਾਲ ਜ਼ਰੂਰ ਸ਼ੇਅਰ ਕਰਾਂਗੇ ਅਤੇ ਅੱਜ ਨਾ ਉਮੀਦ ਬੜੀ ਆ ਸਾਡੇ ਸਾਰੇ ਤੇਗੇ ਲੱਗ ਜਾਣੇ ਆ ਤੇਗੇ ਲੱਗ ਕੇ ਅਤੇ ਉਹਨਾਂ ਦੀ ਨਾ ਫਿਰ ਸਰੀਆ ਵਿੱਚ ਸਿੱਟ ਕੇ ਪੜ੍ਹਾਈ ਕਰਾਂਗੇ ਉਹ ਵੀ ਆਪਣੇ ਭੈਣ ਭਾਈਆਂ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਭਾਈਆਂ ਨੇ ਮੇਰੀ ਵੀਡੀਓ ਦੇ ਨਾਲ ਨਾਲ ਰਿਹਾ ਕਰਨਾ ਮੇਰੀ ਵੀਡੀਓ ਦੇ ਨਾਲ ਨਾਲ ਜੁੜੇ ਰਿਹਾ ਕਰੋ ਮੇਰੀ ਵੀਡੀਓ ਨੂੰ ਬਹੁਤਾ ਬਹੁਤਾ ਦੇਖਿਆ ਕਰੋ ਬਹੁਤਾ ਬਹੁਤਾ ਲਾਈਕ ਔਰ ਕਮੈਂਟ ਕਰ ਲਿਆ ਕਰੋ ਬਾਕੀ ਪਿਆਰੇ ਭਾਈ ਚੱਲਦੇ ਹਾਂ ਹੁਣ ਆਪਣੇ ਕੰਮ 'ਤੇ ਅਤੇ ਬਾਕੀ ਭਾਈ ਜੀ ਮੇਰਾ ਨਾ ਵਾਏ ਟਾਈਮ ਬਹੁਤ ਕੰਮ ਆ ਜੀ ਅਤੇ ਮੇਰਾ ਨਾ ਮੇਰੀ ਵੀਡੀਓ ਨੂੰ ਇੱਕ ਵਾਰ ਪੂਰੀ ਦੀ ਪੂਰੀ ਨੂੰ ਜ਼ਰੂਰ ਦੇਖ ਲਿਆ ਕਰੋ ਅਤੇ ਮੇਰਾ ਨਾ ਵਾਏ ਟਾਈਮ ਵੱਧਦਾ ਜਾਏਗਾ ਯਾਰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਭੈਣ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਬੰਦਾ ਅੱਗੇ ਜਾਂਦਾ ਹੈ ਨਾ ਬਾਕੀ ਭਾਈ ਜੀ ਧਮੋਕ ਨਾ ਅੱਜ ਕੋਈ ਨਹੀਂ ਪਈ ਹੈਗੀ ਮਾੜੀ ਮਾੜੀ ਕਿਤੇ ਪਈ ਆ ਅਤੇ ਮਾਸ਼ਾਅੱਲਾ ਨਾ ਸੂਰਜ ਨਿਕਲ ਆਇਆ ਵਾ ਅਤੇ ਮੈਂ ਤੁਰਿਆ ਜਾ ਰਿਹਾ ਆਪਣੇ ਕੰਮ 'ਤੇ ਅਤੇ ਕਿਉਂਕਿ 8 ਵਜੇ ਦਾ ਸਾਡਾ ਕੰਮ ਦਾ ਟਾਈਮ ਹੁੰਦਾ ਵਾ 8 ਵਜੇ ਅਸੀਂ ਆਪਣੇ ਕੰਮ 'ਤੇ ਜ਼ਰੂਰ ਪਹੁੰਚਣਾ ਹੁੰਦਾ ਵਾ ਜੀ ਕੀ ਨਾ ਦੇਖੋ ਜੀ ਸਾਡਾ ਸੀਮਟ ਆ ਗਿਆ ਆਲਰੇਡੀ ਅਤੇ ਮਜ਼ਦੂਰ ਬਾਈ ਮਸਾਲਾ ਲਾ ਰਹੇ ਆ ਸਾਰੇ ਮਜ਼ਦੂਰ ਬਾਈ ਆਏ ਹੋਏ ਆ ਆਪਣਾ ਨਾ ਕੰਮਾਂ ਕਾਰਾਂ 'ਤੇ ਲੱਗੇ ਖੜ੍ਹੇ ਮਾਸ਼ਾਅੱਲਾ ਸੂਰਜ ਵੀ ਜਿਹੜਾ ਨਿਕਲਿਆ ਹੋਇਆ ਵਾ ਜੀ ਅਤੇ ਬਾਈ ਜਿਹੜੇ ਹੈਗੇ ਆ ਇੱਧਰ ਆਪਣਾ ਮਸਾਲਾ ਰਲਾ ਰਹੇ ਆ ਆਪਣਾ ਅੱਜ ਸਵੇਰ ਸਵੇਰ ਕੰਮ 'ਤੇ ਆਏ ਆ ਅਤੇ ਸਾਡੀ ਜਿਹੜੀ ਬਿਲਡਿੰਗ ਦੇ ਸਾਰੇ ਤੇਗੇ ਲੱਗ ਗਏ ਆ ਤੇਗੇ ਭਰਾਈ ਕਰਦੇ ਪਏ ਆ ਅਤੇ ਮੈਂ ਪਿੱਛੇ ਆ ਇਹਨਾਂ ਨੇ ਤਹਿਖਾਨਾ ਬਣਾਇਆ ਛੋਟਾ ਜਿਹਾ ਉਹਦੇ ਨਾਲ ਵਾਸ਼ਰੂਮ ਦੇ ਨਾਲ ਟਾਈਲ ਆ ਰਿਹਾ ਤਹਿਖਾਨੇ ਦੀ ਅਤੇ ਹੁਣ ਮਸਾਲਾ ਵਿਛਾਉਣ ਲੱਗੇ ਉਹ ਵੀ ਆਪਣੇ ਭਾਈਆਂ ਨਾਲ ਜ਼ਰੂਰ ਸ਼ੇਅਰ ਕਰਦੇ ਆ ਜੀ ਬਾਕੀ ਜਿਹੜਾ ਕੰਮ ਕਰਦੇ ਰਹਿੰਦੇ ਆ ਉਹ ਤਾਂ ਮੈਂ ਆਪਣੇ ਭਾਈਆਂ ਨਾਲ ਜ਼ਰੂਰ ਆਪਣਾ ਕੰਮ ਦੱਸਦਾ ਰਹਿੰਦਾ ਵਾ ਜੀ ਚਣਾਈ ਜਿਹੜੀ ਮੈਂ ਲਾਉਂਦਾ ਵਾ ਆਪਣੀ ਕਸੰਡੇ ਵਾਲੀ ਚਣਾਈ ਲਾਉਂਦੇ ਹਾਂ ਜੀ ਇੱਥੇ ਮੈਂ ਨਾ ਪਰਦੇਸਾਂ ਬੰਦਿਆਂ ਦੇ ਵਿੱਚ ਆਇਆ ਹੋਇਆ ਵਾ ਇੱਥੇ ਤਾਂ ਮੈਨੂੰ ਇਹਨਾਂ ਨਾਲ ਤੌਰ ਤਰੀਕੇ ਦਾ ਕੋਈ ਪਤਾ ਕੋਈ ਨਹੀਂ ਹੈਗਾ ਅਤੇ ਮੈਂ ਆਪਣਿਆਂ ਨੂੰ ਪੂਰਾ ਦਿਲ ਲਾ ਕੇ ਆਪਣਾ ਜਾਨ ਮਾਰ ਕੇ ਆਪਣਾ ਕੰਮ ਕਰਦਾ ਰਹਿੰਦਾ ਕਸੰਡੇ ਵਾਲੀ ਚਣਾਈਆਂ ਦੇ ਬੜੇ ਸਾਰੇ ਫਾਇਦੇ ਹੁੰਦੇ ਆ ਕਿਉਂਕਿ ਇੱਧਰ ਦੇਖੋ ਨੇ ਥੱਲੇ ਮਸਾਲਾ ਵੇਚ ਗਿਆ ਉੱਥੇ ਮਸਾਲਾ ਵੇਚ ਜਾਣਾ ਇੱਧਰ ਜਦੋਂ ਅਸੀਂ ਮੱਛਰ ਮਸਾਲਾ ਮਾਰ ਦੇਣਾ ਇਹ ਕਦੀ ਵੇਟ ਹਿਲਦੀ ਨਹੀਂ ਹੁੰਦੀ ਅਤੇ ਚਣਾਈ ਕਦੀ ਨਾ ਨਿਕਲਦੀ ਨਹੀਂ ਹੁੰਦੀ ਆਪਣੀ ਮਾਸ਼ਾਅੱਲਾ ਜੀ ਸਾਡੇ ਜਿਹੜੇ ਅੱਜ ਤੇਗੇ ਭਰਾਈ ਹੋ ਰਹੇ ਤੇਗੇ ਮੁਕੰਮਲ ਹੋ ਗਏ ਲੱਗ ਗਏ ਹੋਏ ਅਤੇ ਉਹਨਾਂ 'ਚ ਸਰੀਆ ਸਿੱਟ ਕੇ ਨਾ ਇੱਕ ਇੱਕ ਅਤੇ ਪਿੰਡ ਵਾਲੀਆਂ ਦੁਆਰਾਂ 'ਚ ਦੋ ਦੋ ਸਰੀਆ ਪਾਏ ਆ ਸਿੱਧੀ ਠੋਸ ਦੁਆਰ 'ਚ ਇੱਕ ਇੱਕ ਸਰੀਆ ਪਾਇਆ ਜੀ ਅੱਜ ਤੇਗੇ ਨਹੀਂ ਭਰਾਈ ਹੁੰਦੀ ਪਈ ਆ ਉਹਨਾਂ ਦਾ ਜਿਹੜਾ ਕੰਕਰੀਟ ਦਾ ਮਾਲ ਬਣ ਗਿਆ ਵਾ ਇਹਦੇ ਵਿੱਚ ਦੋ ਟਰਾਲੀਆਂ ਬਜਰੀ ਦੀਆਂ ਇੱਕ ਗੱਟੂ ਸੀਮਟ ਦਾ ਇੱਕ ਇੱਕ ਟਰਾਲੀ ਜਿਹੜੀ ਹੈਗੀ ਆ ਉਹ ਰੇਤ
ਇਸਤੇਮਾਲ ਕੀਤੀ ਗਈ। 4-1 ਦੇ ਮਾਲ ਦੇ ਨਾਲ ਇਹ ਤੇਗਿਆਂ ਦੀ ਭਰਾਈ ਹੋ ਰਹੀ ਹੈ ਜੀ। ਬਾਕੀ ਮਜ਼ਦੂਰ ਆਪਣੇ ਮਜ਼ਦੂਰ ਭਾਈ ਨੂੰ ਆਵਾਜ਼ਾਂ ਮਾਰਦੇ ਪਏ ਆ ਜੀ। ਚਾਚਾ ਜਿਹੜਾ ਨਾ ਆਪਣੇ ਸਰੀਏ ਦੀ ਫਰਮਾਇਸ਼ ਕਰਕੇ ਅਤੇ ਸਤਾਰ ਕੈਸਰ ਆਪਣੇ ਸਰੀਏ ਤੇਗੇ 'ਚ ਸਿੱਟੀ ਜਾ ਰਿਹਾ ਜੀ। ਤੇਗਿਆਂ ਦੀ ਭਰਾਈ ਕਰਦੇ ਪਏ। ਪੰਜ ਸੱਤ ਮਜ਼ਦੂਰ ਲੱਗੇ ਆ, 2 ਮਿਸਤਰੀ ਲੱਗੇ ਆ, ਮਾਲ ਦੀ ਭਰਾਈ ਕਰੀ ਜਾ ਰਹੇ ਆ ਜੀ।